अस्सलाम वालेकुम जी, मैं हाँ थोड़ा अपना होस्ट बाबा जी और मैं आज पहुँचे वहाँ पाकिस्तान की लास्ट बाउंड्रीज टूअर्ड जम्मू और अम्बाला पुरानी तहसील सी इतने दी और गुरदासपुर पुरानी डिस्ट्रिक्ट सी नौ डेज शकरगढ़ लास्ट बाउंड्रीज ने और डिस्ट्रिक्ट नारोवाल है। यह पिंड संग्रां है, पिंड संग्रां का खूबसूरत मंदिर है जिहड़ा कि अपनी ओरिजिनल हालत दे विच है। ਇਹਦੇ ਅੰਦਰ ਇੱਕ ਮੂਰਤੀ ਅਸਥਾਨ ਹੈ ਔਰ ਮੈਂ ਕਹਾਂਗਾ ਕਿ ਮੰਦਰ ਦੀ ਬਨਾਵਟ ਬਹੁਤ ਖੂਬਸੂਰਤ ਔਰ ਹਲੇ ਤੱਕ ਜਿਹੜਾ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਬਾਕੀ ਹੈ। ਉੱਥੇ ਇੱਥੇ ਕ੍ਰਿਸ਼ਨਾ ਜੀ ਦੀ ਭਗਤੀ ਜ਼ਿਆਦਾ ਹੈ ਔਰ ਮੈਂ ਜਿੰਨੇ ਵੀ ਮੰਦਰ ਦੇਖੇ ਨੇ ਉਹ ਹੈਰਾਨ ਕੁੰਨ ਹੈ ਕਿ ਵੀ ਇੱਥੇ ਕ੍ਰਿਸ਼ਨਾ ਜੀ ਦਾ ਜਿਹੜਾ ਬੋਲਬਾਲਾ ਜ਼ਿਆਦਾ ਸੀ ਔਰ ਉਹਨਾਂ ਦੇ ਮੁਤਲਕ ਜਿਹੜੇ ਨੇ ਜ਼ਿਆਦਾ ਐਵੀਡੈਂਸ ਮਿਲਦੇ ਨੇ ਇੱਕ ਮੂਰਤੀ ਅਸਥਾਨ ਦੇ। ਨੌ ਡੇਸ ਜਿਹੜੇ ਮੰਦਰ ਨੇ ਇਹ ਪ੍ਰਾਈਵੇਟ ਪ੍ਰੋਪਰਟੀਜ਼ ਯਾਨੀ ਕਿ ਘਰ ਦੇ ਵਿੱਚ ਕਨਵਰਟ ਹੋਏ ਹੋਏ ਨੇ ਔਰ ਇਹਨਾਂ ਦੀ ਫਿਲਹਾਲ ਅਗਰ ਇਹਨਾਂ ਨੂੰ ਥੋੜ੍ਹਾ ਜਿਹਾ ਰੈਨੋਵੇਟ ਕੀਤਾ ਜਾਏ ਤਾਂ ਕਾਬਲੇ ਇਸਤੇਮਾਲ ਨੇ। ਬੜੇ ਖੂਬਸੂਰਤ ਡਿਜ਼ਾਈਨ ਮੰਦਰ ਪਿੰਡ ਸੰਗਰਾਂ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਸੇਵ ਦਾ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ। ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ। ਬਹੁਤ ਹੀ ਵਧੀਆ ਖੂਬਸੂਰਤ ਟੈਂਪਲ ਹੈ। ਪੱਕੀ ਕੰਸਟਰਕਸ਼ਨ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਇਹ ਮੰਦਰ ਤਕਰੀਬਨ ਕੋਈ 100 ਸਾਲ ਹੀ ਪੁਰਾਣਾ, ਇਸ ਤੋਂ ਜ਼ਿਆਦਾ ਇਹ ਮੰਦਰ ਪੁਰਾਣਾ ਨਹੀਂ ਹੈ।